Hey guys, subscribe and press the bell icon to never miss a video from Gabru. अक्सर ही लोकी कहंदे ने लड़ाई झगड़े दे विच की रखिया है, पर की तुसी सोच सकदे हो कि लड़ाई झगड़े दे कारण ही साडी पंजाबी शेरनी शहनाज गिल बिग बॉस 13 च शिकार करन जा रहे ने। शहनाज गिल ओ कंट्रोवर्शियल बॉम ने जो अक्सर ही अपने आउटस्पोकन अते बॉसी एटीट्यूड दे कारण किसी ना किसी कंट्रोवर्सी दे विच फसे रहंदे ने, ते अपने इसी बॉसी अते आउटस्पोकन एटीट्यूड दे कारण शहनाज गिल नु हुन मौका मिलिया है बिग बॉस 13 दे विच हिस्सा बनन दा। सानू सारेयां नु ता शहनाज गिल ते हिमांशी खुराना दे पंगे दे बारे पता ही है। आओ फिर देखदे हां उस दी छोटी जी एक झलक। किदी गल कर दिस तुसी? कालू दी ਜਿਹੜੀ ਅੱਜ ਕੱਲ ਪਾਊਡਰ ਨਾ ਕਹਿੰਦੀ ਆ। ਹਾਂ ਉਹ ਕਹਿੰਦੀ ਸੀ ਵੀ ਮਤਲਬ ਵੀ ਮੇਰੇ ਤੋਂ ਵੱਡੀ ਕੋਈ ਸਟਾਰ ਹੀ ਨਹੀਂ ਹੈਗੀ, ਵੀ ਜਿਹਨੂੰ ਮੈਂ ਹੱਥ ਲਾਦਾ ਇੱਕ ਵਾਰੀ ਉਹ ਮੇਰੀ ਹੋ ਜਾਂਦੀ ਹੈ। ਇਦਾਂ ਨਹੀਂ ਤਾਂ ਕੋਈ ਗੱਲ ਨਹੀਂ। ਹਾਂ ਤਾਂ ਉਹੀ ਨਾ, ਕੁੱਤਾ ਪਾਲ ਲੋ ਬਿੱਲੀ ਪਾਲ ਲੋ, ਇੱਕੋ ਸਲਾਹ ਤੁਹਾਨੂੰ ਮੋਹਤਰਮਾ, ਐਡਾ ਵੱਡਾ ਵਹਿਮ ਨਾ ਪਾਲੋ। ਆਈ ਡੋਨਟ ਲਾਈਕ ਇਟ। ਉਹਨੇ ਆਈ ਰੀਲੀ ਡੋਨਟ ਲਾਈਕ ਇਟ ਬਟ ਆਈ ਲਾਈਕ ਇਟ। ਯੂ ਲਾਈਕ ਇਟ? ਦੈਟਸ ਗੁੱਡ, ਦੈਟਸ ਗੁੱਡ ਫॉर ਯੂ। ਨਾ ਆਈ ਡੋਨਟ ਲਾਈਕ ਇਟ। ਫਲੌਪ। You know, big flop. ਦੇਖਿਆ ਫਿਰ ਕਿੰਨਾ ਖਤਰਨਾਕ ਹੋ ਸਕਦਾ ਹੈ ਸ਼ਹਿਨਾਜ਼ ਗਿੱਲ ਦੇ ਨਾਲ ਪੰਗਾ ਲੈਣਾ। ਹੁਣ ਇਹ ਪੰਜਾਬੀ ਸ਼ੇਰਨੀ ਬਿਗ ਬੌਸ 13 ਦੇ ਵਿੱਚ ਜਾ ਰਹੀ ਹੈ ਆਪਣਾ ਪੰਜਾਬੀ ਤੜਕਾ ਲਗਾਉਣ। ਵੈਸੇ ਤਾਂ ਬਿਗ ਬੌਸ ਹਰ ਸਾਲ ਇਹੋ ਜਿਹੇ ਖਤਰਨਾਕ ਕੰਟੈਸਟੈਂਟਸ ਲੈ ਕੇ ਆਉਂਦਾ ਹੈ, ਫਿਰ ਚਾਹੇ ਉਹ ਡੋਲੀ ਬਿੰਦਰਾ ਹੋਵੇ, ਰਾਖੀ ਸਾਵੰਤ ਹੋਵੇ, ਅਰਸ਼ੀ ਖਾਨ ਹੋਵੇ ਜਾਂ ਫਿਰ ਹੋਵੇ ਹਿਨਾ ਖਾਨ। ਤੇ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਬਿਗ ਬੌਸ 13 ਦੇ ਵਿੱਚ ਕੀ ਸ਼ਹਿਨਾਜ਼ ਗਿੱਲ ਇਹਨਾਂ ਖਤਰਨਾਕ ਕੰਟੈਸਟੈਂਟਸ ਨੂੰ ਟੱਕਰ ਦੇ ਪਾਉਗੀ ਜਾਂ ਨਹੀਂ। ਕੀ ਸ਼ਹਿਨਾਜ਼ ਗਿੱਲ ਹਿਮਾਂਸ਼ੀ ਖੁਰਾਨਾ ਨੂੰ ਬਿਗ ਬੌਸ ਦੇ ਵਿੱਚ ਜ਼ਲੀਲ ਕਰਨ ਦੀ ਕੋਸ਼ਿਸ਼ ਕਰਦੀ ਹੈ ਜਾਂ ਨਹੀਂ। ਤੇ ਨਾਲ ਹੀ ਇਹ ਦੇਖਣਾ ਵੀ ਇੰਟਰਸਟਿੰਗ ਹੋਵੇਗਾ ਕਿ ਸ਼ਹਿਨਾਜ਼ ਗਿੱਲ ਪੰਜਾਬੀਆਂ ਦੇ ਲਈ ਬਣਦੀ ਹੈ ਉਹਨਾਂ ਦੀ ਸ਼ਾਨ ਜਾਂ ਫਿਰ ਬਣਦੀ ਹੈ ਬਦਨਾਮੀ ਦਾ ਕਾਰਨ। ਤੁਸੀਂ ਆਪਣੇ ਸੁਝਾਵ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ, ਤੇ ਨਾਲ ਹੀ ਬਾਲੀਵੁੱਡ ਅਤੇ ਬਾਲੀਵੁੱਡ ਦੀ ਇੰਟਰਸਟਿੰਗ ਅਪਡੇਟਸ ਦੇ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ gabru.com ਨੂੰ ਸਬਸਕ੍ਰਾਈਬ ਕਰੋ ਤੇ ਥੱਲੇ ਦਿੱਤੇ ਬੈਲ ਆਈਕਨ ਨੂੰ ਨੋਟੀਫਿਕੇਸ਼ਨ ਦੇ ਲਈ ਜ਼ਰੂਰ ਪ੍ਰੈਸ ਕਰੋ। ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰ